ਕੋ ਨਾਨਕ ਸੋ ਨਾ ਨਾ ਕਹਿੰਦੇ ਖਸਮ ਨੂੰ ਹੁਣ ਜਿਨ੍ਹਾਂ ਵਿੱਚ ਬੀਜ ਸੀ ਉਹਨਾਂ ਨੂੰ ਤੇ ਕਿਸਾਨ ਵੱਢ ਕੇ ਲੈ ਗਿਆ ਆਪਣੇ ਘਰ ਪੋਟਲੀਆਂ ਬਣਾ ਲੀਆਂ ਉਹਦੀਆਂ ਪੰਡਾ ਬਣਾ ਲੀਆਂ ਨਿੱਕੇ ਨਿੱਕੇ ਝਾੜੇ ਕੰਮ ਆ ਗਏ ਉਹਦੇ ਤੇ ਜਿਨ੍ਹਾਂ ਵਿੱਚ ਬੀਜ ਨਹੀਂ ਸੀ ਉਹ ਕਿਸਾਨ ਨੇ ਖਲੋਤੇ ਹੀ ਰਹਿਣ ਤੇ ਖੇਤਾਂ 'ਚ ਫਿਰ ਉਹਨਾਂ ਨੂੰ ਕੀ ਹੋਇਆ ਉਹਨਾਂ ਦਾ ਫਿਰ ਸੌ ਖਸਮ ਬਣਦਾ ਕਿਉਂਕਿ ਉਹ ਸਰਦਨ ਦਾ ਟਾਵੇਂ ਟਾਵੇਂ ਜਿਨ੍ਹਾਂ ਨੇ ਪੱਠੀ 'ਚ ਦਾਣੇ ਭੁੰਨੇ ਸੀ ਇੱਕ ਪੰਡ ਉਹ ਵੱਢ ਕੇ ਲੈ ਗਿਆ ਕੋ ਗਰੀਬ ਮੱਤਲੋ ਨੇ ਕਹਿਣਾ ਚਲੋ ਮਵੀ ਆਪਣੇ ਘਰ ਲੈ ਜਾਣਾ ਜਾਨੀ ਕਿ ਉਹਨਾਂ ਦਾ ਇੱਕ مالک ਨਹੀਂ ਬਣਿਆ ਫਿਰ ਉਹਨਾਂ ਦਾ 100 ਕਸਮ ਬਣਦਾ ਇਹਦਾ ਮਤਲਬ ਕੀ ਹੈ ਜਿਨ੍ਹਾਂ ਅੰਦਰ ਸੱਚ ਗਿਆਨ ਉਪਦੇਸ਼ ਸੱਚੀ ਵਿਚਾਰਤਾਰਾ ਨਹੀਂ ਹੁੰਦੀ ਉਹਨਾਂ ਦਾ ਫਿਰ ਇੱਕ مالک ਨਹੀਂ ਬਣਦਾ ਉਹਨਾਂ ਦਾ ਫਿਰ 100 ਨਾ ਨਾ ਕਹਿੰਦੇ 100 ਖਸਮ ਉਹ ਫਿਰ ਦਵਾਰਿਆ ਦਵਾਰ ਕਦੀ ਉਹਨਾਂ ਨੂੰ ਕਾਮ ਗਾਲ ਚ ਰੱਸਾ ਪਾ ਕੇ ਭਜਾਈ ਫਿਰਦਾ ਹੈ ਕਦੀ ਕਰੋਧ ਭਜਾਈ ਫਿਰਦਾ ਹੈ ਕਦੀ ਹੰਕਾਰ ਭਜਾਈ ਫਿਰਦਾ ਹੈ ਕਦੀ ਲਾਲਚ ਭਜਾਈ ਫਿਰਦਾ ਇਹ ਅੰਦਰੂਨੀ ਗੱਲ ਹੈ ਪਰ ਜਦੋਂ ਬਾਹਰੀ ਤੌਰ ਤੇ ਵੇਖੋਗੇ ਬਾਹਰੀ ਤੌਰ ਤੇ ਵੀ ਉਹ ਇੱਕ ਥਾਂ ਤੇ ਟਿਕਦੇ ਨਹੀਂ ਫਿਰ ਕਦੀ ਉੱਥੇ ਮੱਥਾ ਟੇਕਦੀ ਉੱਥੇ ਮੱਥਾ ਟੇਕਦੀ ਉੱਥੇ ਨਮਸਕਾਰ ਕਰ ਉਹ ਉਹਨਾਂ ਦੀ ਇਹ ਮਨਾਉਤ ਹੁੰਦੀ ਹੈ ਵੀ ਸ਼ਾਇਦ ਇੱਥੇ ਨਹੀਂ ਮਿਲਿਆ ਤੇ ਉੱਥੋਂ ਮਿਲ ਜੂ ਇੱਥੋਂ ਆਸਥਾ ਨਹੀਂ ਪੂਰੀ ਹੋਈ ਤੇ ਉੱਥੋਂ ਮਿਲ ਜੂ ਪਰ ਜਿਹਦੇ ਅੰਦਰ ਬੀਜ ਹੁੰਦਾ ਉਹ ਕਹਿੰਦਾ ਭਾਈ ਮੈਂ ਇੱਕ ਮਾਲਕ ਦਾ ਬੰਦਾ ਵਾਂ ਮੇਰਾ ਮਾਲਕ ਇੱਕਾ ਫਲੀਆਂ ਫੁੱਲੀਆਂ ਬਪੜੇ ਫਲੇ ਵੀ ਆ ਫੁੱਲੇ ਵੀ ਆ ਵਧਿਆ ਪਰ ਭੀ ਤਨ ਵਿੱਚ ਸੁ ਅੰਦਰ ਤੇ ਸੁਆਪ ਭਰੀ ਸੀ ਹੁਣ ਇਹ ਗੱਲ ਤਿਲਾਂ ਦੀ ਫਸਲ ਦੀ ਨਹੀਂ ਹੋ ਰਹੀ ਨਾ ਇਹ ਸ਼ਬਦ ਕਿਸੇ ਤਿਲਾਂ ਦੇ ਬੂਟੇ ਲਈ ਆ ਇਹ ਗੱਲ ਕਿਹਦੀ ਹੋ ਰਹੀ ਹੈ ਜੀ ਇਹ ਗੱਲ ਮੇਰੀ ਹੋ ਰਹੀ ਹੈ ਸਾਰੇ ਕਹੋ ਇਹ ਗੱਲ ਮੇਰੀ ਮੇਰੀ ਹੋ ਰਹੀ ਹੈ ਮਹਾਰਾਜ ਮੇਰੀ ਗੱਲ ਕਰ ਰਿਹਾ ਇੱਥੇ ਹੁਣ ਸ਼ਬਦ ਵਰਤਿਆ ਵਿਖਈ ਦਿਨ ਰੈਣ ਏਵੇਂ ਹੀ ਗੁਦਾਰਾ ਗੋਬਿੰਦ ਨਾ ਭਜੈ ਅਹਮ ਬੁੱਧ ਮਾਤਾ ਹੰਕਾਰ ਵਿੱਚ ਫਸਿਆ ਹੋਇਆ ਜਨਮ ਜੂਏ ਜਿਉਂ ਹਾਰ ਹੈ ਆਪਣਾ ਜਨਮ ਉਹਨੇ ਜੂਏ ਦੀ ਤਰ੍ਹਾਂ ਹਾਰ ਦਿੱਤਾ ਬਹੁਤ ਪਿਆਰਾ ਵਾਕ ਗੁਰੂ ਪੰਜਵੇਂ ਪਾਸ਼ਾ ਜੀ ਦਾ ਹੁੰਦਾ ਪਾਸ਼ਾ ਜੀ ਕਿਹਾ ਨੇ ਪਰ ਹਰਨਾ ਲੋਭ ਝੂਠ ਨਿੰਦ ਇਵੇਂ ਹੀ ਕਰ ਤੂੰ ਗੁਦਾਰੀ ਮ੍ਰਗ ਤ੍ਰਿਸ਼ਨਾ ਆਸ ਮਿੱਠਿਆ ਮੀਠੀ ਇਹ ਟੇਕ ਮਨ ਹੈ ਸਾਧਾਰੀ ਸਾਖਤ ਕੀ ਵਰਦਾ ਹੁਣ ਸਮਾਜ ਵਿੱਚ ਸਾਖਤ ਕਿਹਨੂੰ ਕਹਿੰਦੇ ਭਰਾ ਦੁਨੀਆ ਦੇ ਵਿੱਚ ਜਿਹੜਾ ਗੁਰਦੁਆਰੇ ਨਾ ਆਉਂਦਾ ਹੋਵੇ ਪਾਠ ਨਾ ਕਰਦਾ ਹੋਵੇ ਜੇ ਉਹ Hindu ਹੈ ਕਿਸੇ ਮੰਦਰ ਨਾ ਜਾਂਦਾ ਹੋਵੇ ਕਿਸੇ ਮੂਰਤੀ ਨੂੰ ਨਾ ਮੱਥਾ ਟੇਕਦਾ ਹੋਵੇ ਜੇ ਮੁਸਲਮਾਨ ਹੋਵੇ ਉਹ ਕਿਸੇ ਨਮਾਜ਼ ਨੂੰ ਨਾ ਪੜ੍ਹਦਾ ਹੋਵੇ ਉਹਦੀ ਕਿਤੇ ਆਸਤਾ ਨਾ ਹੋਵੇ ਜੇ ਗੋਰਾ ਹੋਵੇ ਕ੍ਰਿਸਚੀਅਨ ਹੋਵੇ ਆਪਾਂ ਕਹਾਂਗੇ ਤੇ ਕਿਤੇ ਚਰਚ ਨਹੀਂ ਜਾਂਦਾ ਜੀ ਤੇ ਨਾਸਤਕ ਆਸਤਕ ਇਦੀ ਤਾਂ ਕਿਸੇ ਰੱਬ ਤੇ ਅੱਲਾ ਵੈਗਰੂ ਤੇ ਭਰੋਸਾ ਹੈ ਹੀ ਨਹੀਂ ਭਾਈ ਆਪਾਂ ਆਮ ਸਮਾਜ ਇਹੋ ਕਹਿੰਦੇ ਆ ਨਾ ਵੀ ਤੇ ਨਾਸਤਕ ਆ ਇਹਨਾਂ ਤੇ ਇਹ ਤੇ ਕਿਸੇ ਰੱਬ ਨੂੰ ਕਿਸੇ ਗੁਰੂ ਨੂੰ ਮੰਨਦੇ ਹੀ ਨਹੀਂ ਆਪਾਂ ਸਮਾਜ ਚ ਇਹੋ ਕਹਿੰਦੇ ਪਰ ਸੁਣਿਓ ਗੁਰੂ ਪੰਇ ਮਾਸ਼ਾ ਜੀ ਕੀ ਕਹਿੰਦੇ ਕਹਿੰਦੇ ਪਰ ਹਰਨਾ ਬੰਦਾ ਜੇ ਗੁਰਦੁਆਰੇ ਵੀ ਆਉਂਦਾ ਹੋਵੇ ਮੰਦਰ ਵੀ ਜਾਂਦਾ ਹੋਵੇ ਮਸਜਿਦ ਵਿੱਚ ਵੀ ਹੋਵੇ ਨਮਾਜ਼ ਵੀ ਪੜਦਾ ਹੋਵੇ ਯਾਨੀ ਕਿ ਜਿਹੜੇ ਵੀ ਮਤ ਨੂੰ ਮੰਨਦਾ ਉਹ ਆਪਣੇ ਇஷ்ட ਦੀ ਪੂਜਾ ਕਰਦਾ ਹੋਵੇ ਪਰ ਜੇ ਉਹਦੇ ਅੰਦਰ ਦੂਜੇ ਦੀ ਕਮਾਈ ਤੇ ਨਿਗਾ ਰੱਖਣ ਵਾਲੀ ਬਿਰਤੀ ਹੈ ਨਾ ਤੇ ਧਰਮ ਕਰਮ ਨਭਾਉਂਦਾ ਹੋਇਆ ਵੀ ਬਾਣੀਆਂ ਦੀ ਉਹਦੇ ਵਰਗਾ ਸਾਖਤ ਬੰਦਾ ਕੋਈ ਨਹੀਂ ਧਿਆਨ ਨਾਲ ਸੁਣਿਓ ਹੁਣ ਪਰ ਹਰਨਾ ਇਹ ਚੱਲਦਾ ਨਹੀਂ ਜੀ ਪਰ ਹਰਨਾ ਦੂਜੇ ਦੀ ਕਮਾਈ ਉੱਤੇ ਨਿਗਾ ਰੱਖਣੀ ਧਿਆਨ ਨਾਲ ਸੁਣਿਓ ਪਰ ਹਰਨਾ ਲੋਭ ਇਹ ਸੰਗਲ ਆ ਜਿਵੇਂ ਨਾ ਕੁੰਡੀ ਚ ਕੁੰਡੀ ਨਹੀਂ ਫਸੀ ਹੁੰਦੀ ਡੰਗਰਾਂ ਦੇ ਪਸ਼ੂਆਂ ਦੇ ਸੰਗਲ ਹੁੰਦੇ ਸੀ ਇੱਕ ਕੁੰਡੀ ਵਿੱਚ ਦੂਜੀ ਕੁੰਡੀ ਫਸੀ ਹੁੰਦੀ ਵਕਾਰ ਵੀ ਇਦਾਂ ਹੀ ਆ ਜੇ ਚ ਇੱਕ ਵਕਾਰ ਹੋਊਗਾ ਦੂਜਾ ਵਕਾਰ ਹੋਣਾ ਸੁਭਾਵਕ ਹੀ ਆ ਇਹ ਨਹੀਂ ਕਹਿ ਸਕਦਾ ਬੰਦਾ ਵੀ ਮੈਂ ਦੂਜੇ ਦੀ ਕਮਾਈ ਤੇ ਮੇਰੀ ਨਿਗਾਹ ਗਈ ਪਰ ਮੈਂ ਲਾਲਚੀ ਥੋੜਾ ਤੇ ਜਿਹੜਾ ਲਾਲਚੀ ਉਹ ਕਵੇ ਮੈਂ ਠੂਠਾ ਥੋੜਾ ਵਾਂ ਉਹ ਠੂਠਾ ਵੀ ਹੋਏਗਾ ਕਿਉਂਕਿ ਲਾਲਚੀ ਕਦੀ ਵੀ ਨਹੀਂ ਮੰਨਦਾ ਮੈਂ ਲਾਲਚੀ ਹਾਂ ਇਹ ਕੁੰਡੀ ਚ ਕੁੰਡੀ ਫਸੀ ਹੁਣ ਸੁਣਿਓ ਪਰਹਰਨਾ ਦੂਜੇ ਦੀ ਕਮਾਈ ਤੇ ਨਿਗਾਹ ਰੱਖਣੀ ਪਰਹਰਨਾ ਲੋਭ ਜੇ ਲਾਲਚ ਹੋਏਗਾ ਤਾਂ ਦੂਜੇ ਦੀ ਕਮਾਈ ਤੇ ਨਿਗਾਹ ਰੱਖੇਗਾ ਪਰਹਰਨਾ ਲੋਭ ਝੂਠ ਤੇ ਤੀਜਾ ਉਹ ਗਣੇ ਵੀ ਹੋਏਗਾ ਕਿ ਉਹ ਝੂਠ ਵੀ ਬੋਲੇਗਾ ਕਿਉਂਕਿ لالچی ਬੰਦਾ ਕਦੀ ਵੀ ਨਹੀਂ ਸਵੀਕਾਰ ਕਰਦਾ ਕਿ ਮੈਂ لالچی ਹਾਂ ਪਰ ਹਰਨਾ ਲੋਭ ਝੂਠ ਤੇ ਚੌਥਾ ਸ਼ਬਦ ਆ ਗਿਆ ਨਿੰਦ ਫੇ ਉਹ ਆਪਣੇ ਕੋਲੋਂ ਗੱਲਾਂ ਵੜਾ ਕੇ ਦੂਜਿਆਂ ਨੂੰ ਬਦਨਾਮ ਵੀ ਕਰੇਗਾ ਲੋਕਾਂ ਦਾ ਮੇਰੇ ਉਗਣਾ ਵੱਲ ਧਿਆਨ ਨਾ ਜਾਏ ਪਰ ਹਰਨਾ ਲੋਭ ਝੂਠ ਨਿੰਦ ਪਾਸ਼ਾ ਜੀ ਕਹਿੰਦੇ ਇਵੇਂ ਹੀ ਕਰ ਤੂੰ ਗੁਦਾਰੀ ਇਦਾਂ ਹੀ ਉਹਦੀ ਸਾਰੀ ਉਮਰ ਲੰਘ ਜਾਂਦੀ ਆ ਮ੍ਰਿਗ ਤ੍ਰਿਸ਼ਨਾ ਜਿਵੇਂ ਹਿਰਨ ਦੀ ਤ੍ਰਿਸ਼ਨਾ ਦੀ ਹਿਰਨ ਮ੍ਰਿਗ ਤ੍ਰਿਸ਼ਨਾ ਸ਼ਬਦ ਬਾਣੀ ਚ ਵਰਤਿਆ ਹਿਰਨ ਬਹੁਤ ਤੇਜ਼ ਭਜਦਾ ਵਾ ਉਹਨੂੰ ਭੁਲੇਖਾ ਪੈਂਦਾ ਵੀ ਉਹ ਅੱਗੇ ਪਾਣੀ ਆ ਉਹ ਜਦੋਂ ਉਹਨੂੰ ਭੁਲੇਖਾ ਪੈਂਦਾ ਪਾਣੀ ਦਾ ਫਿਰ ਹੋਰ ਪੂਰਾ ਪੱਟਾਂ ਦਾ ਯੋਰ ਲਾ ਕੇ ਫੇਰ ਭਜਦਾ ਜਿੱਥੇ ਜਿੱਥੇ ਉਹਨੂੰ ਭੁਲੇਖਾ ਪਿਆਂਦਾ ਉੱਥੇ ਜਿੱਥੇ ਉਹ ਜਾਂਦਾ ਉੱਥੇ ਪਾਣੀ ਹੁੰਦਾ ਹੀ ਨਹੀਂ ਉਹ ਫੇਰ ਜੋ ਅੱਗੇ ਵਹਿੰਦਾ ਉਹਨੂੰ ਫੇਰ ਇੰਜ ਭੁਲੇਖਾ ਲੱਗੇ ਪਾਣੀ ਆ ਉਹ ਸਾਰੀ ਜ਼ਿੰਦਗੀ ਵਿਚਾਰਾ ਇਦਾਂ ਦੌੜਦਾ ਦੌੜਦਾ ਹੀ ਨਾ ਅਖੀਰ ਆਪਣੇ ਪ੍ਰਾਣ ਬੋਲੋ ਜੀ ਹੁਣ ਇਹ ਇਹਦੀ ਜਗਾ ਆਪਣੇ ਆਪ ਨੂੰ ਲੈ ਜੀਏ ਬੰਦੇ ਨੂੰ ਇਹੋ ਲੱਗਦਾ ਨਾ ਵੀ ਅੱਜ ਮੇਰੇ ਕੋਲ 10 ਵਾਅ ਤ ਇਸ ਕਰਕੇ ਮੈਂ ਦੁਖੀਆਂ ਜਿੱਥੇ ਉਹ 100 ਵਾਲਾ ਨਾ ਜਦ ਦਿਨ ਮੈਂ ਉੱਥੇ ਚਲੇ ਗਿਆ ਉਸ ਦਿਨ ਮੈਂ ਸੁਖੀ ਹੋ ਗਿਆ 100 ਵਾਲੇ ਨੂੰ ਲੱਗਦਾ ਜਿੱਥੇ 1000 ਵਾਲਾ ਬੰਦਾ ਖਲੋਤਾ ਨਾ ਜਦੋਂ ਮੈਂ ਉੱਥੇ ਚਲੇ ਗਿਆ ਉੱਥੇ ਮੈਂ 1000 ਵਾਲੇ ਨੂੰ ਕੀ ਲੱਗਦਾ ਭਲਾ ਹੁਣ ਤੁ